ਚੰਡੀਗੜ੍ਹ ਆਉਣਾ ਹੈ ਤਾਂ ਸਾਵਧਾਨ ਕਿਉਂਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਪਿਛਲੇ 1 ਸਾਲ ਦੇ ਵਿੱਚ 9 ਲੱਖ ਤੋਂ ਵਧੇਰੇ ਲੋਕਾਂ ਦੇ ਚਲਾਨ ਕੱਟੇ ਗਏ ਨੇ ਤੇ 10 ਕਰੋੜ ਤੋਂ ਵਧੇਰੇ ਦਾ ਜੁਰਮਾਨਾ ਕੀਤਾ ਗਿਆ ਬਿਲਕੁਲ ਠੀਕ ਸੁਣ ਰਹੇ ਹੋ ਤੁਸੀਂ ਜਿਹੜਾ 1 ਸਾਲ ਦਾ ਡਾਟਾ ਸਾਹਮਣੇ ਆਇਆ ਉਹ ਹੈਰਾਨ ਕਰ ਦੇਵੇਗਾ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੇ ਚਲਾਨ ਕੀਤੇ ਗਏ ਨੇ ਉਹ 9 ਲੱਖ ਤੋਂ ਵਧੇਰੇ ਲੋਕਾਂ ਦੇ ਕੀਤੇ ਗਏ ਨੇ ਕਿ 10 ਕਰੋੜ ਦਾ ਜੁਰਮਾਨਾ ਵਸੂਲਿਆ ਗਿਆ ਹੈ ਤਾ ਇੱਕ ਸਾਲ ਦੇ ਵਿੱਚ 926380 ਚਲਾਨ ਕੀਤੇ ਗਏ ਨੇ ਅਤੇ 9000 ਵਾਹਨ ਜ਼ਬਤ ਕੀਤੇ ਗਏ ਨੇ ਅਤੇ 1721 ਡਰਾਈਵਿੰਗ ਲਾਇਸੈਂਸ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਨੇ ਜੇਕਰ ਜੁਰਮਾਨੇ ਦੀ ਗੱਲ ਕੀਤੀ ਜਾਵੇ ਚਲਾਨ ਦੀ ਤਾਂ 10 ਕਰੋੜ 31 ਲੱਖ 68000 653 ਰੁਪਏ ਇਕੱਠੇ ਕੀਤੇ ਗਏ ਨੇ ਇੰਨੇ ਰੁਪਏਾਂ ਦੇ ਚਲਾਨ ਕੀਤੇ ਗਏ ਨੇ ਦੱਸ ਦिए ਕਿ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਹੀ 7,59,000 ਦੇ ਚਲਾਨ ਕੀਤੇ ਗਏ ਨੇ ਤੇ ਸਭ ਤੋਂ ਵੱਧ ਰੈੱਡ ਲਾਈਟ ਜੰਪ ਦੇ ਚਲਾਨ ਨੇ ਰੈੱਡ ਲਾਈਟ ਦੇ 4,10,000 ਚਲਾਨ ਨੇ ਜਦਕਿ ਓਵਰ ਸਪੀਡਿੰਗ ਦੇ 2 ਲੱਖ ਚਲਾਨ ਨੇ ਜੈਬਰਾ ਕ੍ਰੋਸਿੰਗ ਤੇ ਖੜੇ ਹੋਣ ਦੇ ਹੀ 1,22,000 ਚਲਾਨ ਕੱਟੇ ਗਏ ਨੇ ਤਾਂ ਸਭ ਤੋਂ ਜ਼ਿਆਦਾ ਜਿਹੜੇ ਚਲਾਨ ਨੇ ਉਹ ਰੈੱਡ ਲਾਈਟ ਜੰਪ ਦੇ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 3143 ਚਲਾਨ ਨੇ ਚੰਡੀਗੜ੍ਹ ਚਲਾਨ ਗੜ ਬਣਦਾ ਜਾ ਰਿਹਾ ਏ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਿਟੀ ਬਿਊਟੀਫੁੱਲ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਲਾਜ਼ਮੀ ਹੈ ਨਹੀਂ ਤਾਂ ਮੋਟਾ ਚਲਾਨ ਹੋ ਸਕਦਾ ਏ ਦੱਸ ਦਈਏ ਕਿ ਚੰਡੀਗੜ੍ਹ ਦੇ 40 ਅਹਿਮ ਟ੍ਰੈਫਿਕ ਪੁਆਇੰਟਸ ਦੇ ਉੱਤੇ ਹਾਈ ਰੈਜ਼ੋਲੂਸ਼ਨ ਸਮਾਰਟ ਕੈਮਰੇ ਲੱਗੇ ਨੇ ਜਿਹੜੇ ਪਲ-ਪਲ ਦੀ ਨਜ਼ਰ ਰੱਖਦੇ ਨੇ ਜੇ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਏ ਤਾਂ ਤੁਰੰਤ ਚਲਾਨ ਜਿਹੜਾ ਏ ਉਹ ਘਰ ਆ ਜਾਂਦਾ ਏ ਤਾਂ ਦੱਸ ਦਈਏ ਕਿ ਜੇਕਰ ਸਾਰੇ ਕੁੱਲ ਚਲਾਨ ਦੀ ਗੱਲ ਕੀਤੀ ਜਾਵੇ ਤਾਂ 9,26,380 ਚਲਾਨ ਹੋਏ ਨੇ ਜਿਨ੍ਹਾਂ ਦੇ ਵਿੱਚੋਂ 9,398 ਵਾਹਨ ਜ਼ਬਤ ਕੀਤੇ ਗਏ ਨੇ ਲਾਇਸੈਂਸਾਂ ਦੇ 1721 ਤੇ ਸੀਸੀਟੀਵੀ ਰਾਹੀਂ 7,95,000 ਚਲਾਨ ਕੀਤੇ ਗਏ ਨੇ ਤੇ ਇਕੱਲੇ ਰੈੱਡ ਲਾਈਟ ਕ੍ਰੋਸਿੰਗ ਦੇ ਹੀ 4,10,000 ਦੇ ਚਲਾਨ ਨੇ ਜਦਕਿ ਓਵਰ ਸਪੀਡਿੰਗ ਦੇ 2 ਲੱਖ ਤੇ ਜ਼ੈਬਰਾ ਵਾਇੋਲੇਸ਼ਨ ਦੇ 1,22,000 ਚਲਾਨ ਨੇ ਜੇਕਰ ਅਮਾਊਂਟ ਦੀ ਗੱਲ ਕੀਤੀ ਜਾਵੇ ਤਾਂ 10 ਕਰੋੜ 31 ਲੱਖ 68 ਹਜ਼ਾਰ 653 ਰੁਪਏ ਦੇ ਚਲਾਨ ਕੱਟੇ ਗਏ ਨੇ ਤਾਂ ਇਹ ਸਾਫ਼ ਹੈ ਕਿ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਉਲੰਘਣਾ ਕਰੋਗੇ ਤਾਂ ਚਲਾਨ ਜਿਹੜਾ ਉਹ ਘਰ ਆ ਜਾਵੇਗਾ ਤਾਂ 10 ਕਰੋੜ ਤੋਂ ਵਧੇਰੇ ਦੇ ਚਲਾਨ ਕੱਟਦੇ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 9 ਲੱਖ ਤੋਂ ਵਧੇਰੇ ਲੋਕਾਂ ਦੇ ਚਲਾਨ ਕਟੇ ਗਏ ਨੇ ਤੇ ਸਭ ਤੋਂ ਵੱਧ ਚਲਾਨ ਜਿਹੜੇ ਨੇ ਉਹ ਰੈੱਡ ਲਾਈਟ ਜੰਪ ਕਰਨਦੇ ਨੇ ਬਹੁਤ ਸਾਰੇ ਲੋਕ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋ ਜਾਂਦੇ ਨੇ ਉਸ ਦੇ ਵਿੱਚ ਚਲਾਨ ਨੇ 122000 ਦੇ ਤਾਂ ਜ਼ੈਬਰਾ ਕ੍ਰੋਸਿੰਗ ਜ਼ੈਬਰਾ ਲਾਈਨ ਤੇ ਖੜਨਦੇ ਚਲਾਨ ਨੇ ਤੇ 3143 ਜਿਹੜੇ ਨੇ ਉਸ ਦੇ ਵਿੱਚ ਜਿਨ੍ਹਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਈ ਆ ਉਹਨਾਂ ਦੇ ਚਲਾਨ ਨੇ ਤੇ 1721 লাইসেন্স ਜਿਹੜੇ ਨੇ ਉਹ ਜ਼ਬਤ ਕਰ ਲਏ ਗਏ ਨੇ ਜਦਕਿ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਵਾਹਨ ਜਿਹੜੇ ਨੇ ਉਹ ਵੀ ਜ਼ਬਤ ਕੀਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਸਾਲ ਦੇ ਵਿੱਚ 9 9,26,380 ਚਲਾਨ ਨੇ ਤੇ 9000 ਵਾਹਨ ਜ਼ਬਤ ਕੀਤੇ ਗਏ ਨੇ ਤਾਂ ਜੇਕਰ ਚੰਡੀਗੜ੍ਹ ਦੇ ਵਿੱਚ ਆਉਣਾ ਹੈ ਤਾਂ ਤੁਹਾਨੂੰ ਟ੍ਰੈਫਿਕ ਨਿਜਮਾ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਤੈਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਨਹੀਂ ਤਾਂ ਕਿਉਂਕਿ 40 ਅਜਿਹੇ ਪੁਆਇੰਟ ਨੇ ਚੰਡੀਗੜ੍ਹ ਦੇ ਵਿੱਚ ਲਾਈਟ ਪੁਆਇੰਟ ਜਿਨ੍ਹਾਂ ਤੇ ਹਾਈ ਰੈਜ਼ੋਲੂਸ਼ਨ ਕੈਮਰੇ ਲੱਗੇ ਨੇ ਜਿਹੜੇ ਬਿਲਕੁਲ ਜੇਕਰ ਤੁਸੀਂ ਓਵਰ ਸਪੀਡ ਹੋ ਤਾਂ ਚਲਾਨਟ ਕੱਟ ਹੋ ਜਾਏਗਾ ਜੇਕਰ ਤੁਸੀਂ ਜ਼ੈਬਰਾ ਕ੍ਰੋਸਿੰਗ ਤੇ ਖੜਦੇ ਹੋ ਤਾਂ ਚਲਾਨਟ ਕੱਟ ਹੋ ਜਾਏਗਾ ਜੇਕਰ ਤੁਸੀਂ ਰੈੱਡ ਲਾਈਟ ਕ੍ਰੋਸ ਕਰਦੇ ਹੋ ਤਾਂ ਚਲਾਨ ਹੋ ਜਾਏਗਾ ਜੇਕਰ ਤੁਸੀਂ ਕੋਈ ਰੋਂਗ ਐਂਟਰੀ ਕਰਦੇ ਹੋ ਤਾਂ ਚਲਾਨ ਹੋ ਜਾਏਗਾ ਤਾਂ ਚੰਡੀਗੜ੍ਹ ਦੇ ਵਿੱਚ ਸਿਟੀ ਬਿਊਟੀਫੁੱਲ ਦੇ ਵਿੱਚ ਆਉਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਸਾਵਧਨ ਰਹਿਣ ਦੀ ਲੋੜ ਹੈ ਕਿਉਂਕਿ ਹਰਿਆਣਾ ਤੋਂ ਹਿਮਾਚਲ ਤੋਂ ਪੰਜਾਬ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਚੰਡੀਗੜ੍ਹ ਆਉਂਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਚੰਡੀਗੜ੍ਹ ਦੇ ਰੂਲ ਰੈਗੂਲੇਸ਼ਨ ਖਾਸ ਕਰ ਟ੍ਰੈਫਿਕ ਰੂਲਸ ਨਹੀਂ ਪਤਾ ਹੁੰਦੇ ਤਾਂ ਉਹ ਗਲਤੀ ਕਰ ਬੈਠਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਂ ਨਜ਼ਰ ਨਹੀਂ ਆ ਰਹੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਜਿਹੜੇ ਹਰ ਪਲ-ਪਲ ਦੀ ਰਿਕਾਰਡਿੰਗ ਕਰ ਰਹੇ ਨੇ ਤੇ ਜੇਕਰ ਕਿਤੇ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਏ ਤਾਂ ਤੁਰੰਤ ਜਿਹੜਾ ਚਲਾਨ ਹੈ ਉਹ ਘਰ ਪਹੁੰਚ ਜਾਂਦਾ ਏ ਤਾਂ ਦੱਸ ਦਈਏ ਕਿ ਅੰਕੜੇ ਹੈਰਾਨ ਕਰ ਦੇਣ ਵਾਲੇ ਨੇ ਕਿਉਂਕਿ ਜੇਕਰ ਚੰਡੀਗੜ੍ਹ ਦੀ ਪੋਪੂਲੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਤਕਰੀਬ 15 ਲੱਖ ਦੇ ਕਰੀਬ ਹੈ ਤੇ 9 ਲੱਖ ਤੋਂ ਵਧੇਰੇ ਤਾਂ ਚਲਾਨ ਜਿਹੜੇ ਨੇ 1 ਸਾਲ ਦੇ ਵਿੱਚ ਉਹ ਕਰ ਦਿੱਤੇ ਗਏ ਨੇ ਪਰ ਵੱਡੀ ਗਿਣਤੀ ਦੇ ਵਿੱਚ ਚਲਾਨ ਜਿਹੜੇ ਉਹ ਨੇ ਜਿਹੜੇ ਹਰ ਰੋਜ਼ ਲੋਕ ਚੰਡੀਗੜ੍ਹ ਆਉਂਦੇ ਨੇ ਦੂਰੋਂ ਆਉਂਦੇ ਨੇ ਖਾਸ ਕਰ ਵਕ-ਵਕ ਚਾਹੇ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਸਰਾਊਂਡਿੰਗ ਜਿਹੜੇ ਏਰੀਆਜ਼ ਨੇ ਉਹਨਾਂ ਤੋਂ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਸਟੇਟਸ ਦੇ ਵਿੱਚ ਚਾਹੇ ਪੰਜਾਬ ਦੀ ਗੱਲ ਕੀਤੀ ਜਾਵੇ ਉੱਥੇ ਬਹੁਤੇ ਰੂਲ ਰੈਗੂਲੇਸ਼ਨ ਲੋਕ ਫਾਲੋ ਨਹੀਂ ਕਰਦੇ ਪਰ ਚੰਡੀਗੜ੍ਹ ਦੇ ਵਿੱਚ ਜੇਕਰ ਸਪੀਡ ਦੀ ਗੱਲ ਕੀਤੀ ਜਾਵੇ ਉਹ ਵੀ 60 ਦੀ ਸਪੀਡ ਆ ਉਹ ਤੋਂ ਤੁਸੀਂ ਗੱਡੀ ਤੇਜ਼ ਕਰੋਗੇ ਤਾਂ ਚਲਾਨ ਘਰ ਆ ਜਾਏਗਾ ਰੈੱਡ ਲਾਈਟ ਜੰਪ ਕਰੋਗੇ ਤਾਂ ਚਲਾਨ ਆ ਜਾਏਗਾ ਜ਼ੈਬਰਾ ਕ੍ਰੋਸਿੰਗ ਤੇ ਗੱਡੀ ਖੜੀ ਕਰਦੇ ਹੋ ਵਾਹਨ ਖੜੀ ਕਰਦੇ ਹੋ ਤਾਂ ਤੁਹਾਡਾ ਚਲਾਨ ਹੋ ਜਾਵੇਗਾ ਤਾਂ 9,26,000 380 ਚਲਾਨ ਜਿਹੜੇ ਨੇ ਉਹ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤੇ 1721 ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਨੇ 10 ਕਰੋੜ 31 ਲੱਖ 68653 ਰੁਪਏ ਦੇ ਚਲਾਨ ਕੀਤੇ ਗਏ ਨੇ ਤੇ ਸੀਸੀਟੀਵੀ ਕੈਮਰੇ ਰਾਹੀਂ ਹੁਣ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਬਹੁਤੇ ਥਾਵਾਂ ਤੇ ਤਾਇਨਾਤ ਹੋਣ ਦੀ ਜ਼ਰੂਰਤ ਨਹੀਂ ਹੈ ਤਾਂ ਸੀਸੀਟੀਵੀ ਕੈਮਰੇ ਰਾਹੀਂ ਹੀ 795000 ਚਲਾਨ ਕੀਤੇ ਗਏ ਨੇ ਕਿ ਵੱਡੀ ਗਿਣਤੀ ਜਿਹੜੀ ਚਲਾਨ ਦੀ ਹੈ ਉਹ ਸੀਸੀਟੀਵੀ ਕੈਮਰਿਆਂ ਰਾਹੀਂ ਹੈ ਨਾ ਕਿ ਉਹ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਤਾਂ 9,26,380 ਕੁੱਲ ਚਲਾਨ ਨੇ ਜਿਨ੍ਹਾਂ ਦੇ ਵਿੱਚੋਂ 7,95,000 ਭਾਵੇਂ 8 ਲੱਖ ਦੇ ਕਰੀਬ ਚਲਾਨ ਤਾਂ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੇ ਗਏ ਨੇ ਰੈੱਡ ਲਾਈਟ ਦੇ ਸਭ ਤੋਂ ਜ਼ਿਆਦਾ 4 ਲੱਖ ਰੈੱਡ ਲਾਈਟ ਜੰਪ ਬਹੁਤ ਸਾਰੇ ਲੋਕ ਕਰਦੇ ਨੇ ਰੈੱਡ ਲਾਈਟ ਜੰਪ ਦੇ 10 ਲੱਖ 4,10,000 ਚਲਾਨ ਨੇ ਓਵਰ ਸਪੀਡਿੰਗ ਦੇ 2 ਲੱਖ ਨੇ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋਣ ਦੇ 1 ਲੱਖ 22000 ਲੋਕਾਂ ਦੇ ਚਲਾਨ ਕੱਟੇ ਗਏ ਨੇ ਜਦਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 3143 ਚਲਾਨ ਕੀਤੇ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਵਾਹਨ ਜਿਹੜੇ ਨੇ ਉਹ ਵੀ ਜ਼ਬਤ ਕੀਤੇ ਗਏ ਨੇ ਤੇ ਚਲਾਨ ਵੀ ਕੱਟੇ ਗਏ ਨੇ ਤੇ 10 ਕਰੋੜ ਤੋਂ ਵਧੇਰੇ ਦੀ ਅਮਾਊਂਟ ਜਿਹੜੀ ਹੈ ਉਹ ਚੰਡੀਗੜ੍ਹ ਪੁਲਿਸ ਨੇ ਜੁਰਮਾਨਿਆਂ ਰਾਹੀਂ ਵਸੂਲੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਚੱਪੇ-ਚੱਪੇ ਤੇ ਚੰਡੀਗੜ੍ਹ ਪੁਲਿਸ ਤਾਇਨਾਤ ਹੈ ਤੇ ਨਾਲ ਹੀ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੋਏ ਨੇ